ਅੱਜ ਗਣਤੰਤਰ ਦਿਵਸ ਮੌਕੇ ਜਾਗਰਤ ਮੰਚ ਅੰਬੇ ਵੈਲੀ ਹੁਸ਼ਿਆਰਪੁਰ ਵਿਖੇ ਸ੍ਰੀ ਹਰਪ੍ਰੀਤ ਸਿੰਘ ਨੇ ਆਪਣੇ ਘਰ ਕਮਲਾਂ ਨਾਲ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਤੇ ਜਾਗਰਤ ਮੰਚ ਅੰਬੇ ਵੈਲੀ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਬਾਅਦ 'ਚ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਮਾਜ ਸੇਵੀ ਸੁਧੀਰ ਸੂਦ, ਸੰਜੇ ਸੂਦ, ਸ਼੍ਰੀ ਸਤੀਸ਼ ਜੈਨ, ਸ਼੍ਰੀ ਰਵੀ ਮਨੋਚਾ, ਸ਼੍ਰੀ ਵਿਜੇ ਚੌਧਰੀ, ਸ਼੍ਰੀ ਅਸ਼ੋਕ ਜੀ, ਸ਼੍ਰੀ ਹਰੀਓਮ ਮਨੋਚਾ, ਸ਼੍ਰੀ ਜੋਸ਼ੀ, ਸ਼੍ਰੀ ਮਨੋਜ ਗੁਪਤਾ, ਸ਼੍ਰੀ ਰਾਹੁਲ ਆਂਗਰਾ, ਸ਼੍ਰੀ ਰਾਜੀਵ ਅਗਰਵਾਲ, ਸ਼੍ਰੀ ਸੁਨੀਲ ਸਿਆਣੀ, ਸ਼੍ਰੀ ਹਰਸ਼ ਗੁਪਤਾ ਤੋਂ ਇਲਾਵਾ ਅੰਬੇ ਵੈਲੀ ਦੇ ਪੂਰੇ ਪਰਿਵਾਰਾਂ ਨੇ ਹਾਜ਼ਰੀ ਭਰੀ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼। ਜ਼ਰਾ ਆਖ ਮੇਂ ਭਰ ਲੋ ਪਾਣੀ, ਜੋ ਸ਼ਹੀਦ ਹੋਏ ਹੈ ਉਨਕੀ ਜ਼ਰਾ ਕਰੋ ਕੁਰਬਾਨੀ। ਸੰਦੇਸ਼ ਆਤੇ ਹੈ ਹਮੇ ਤੜਪਾਤੇ ਹੈ, ਵੋ ਚਿੱਠੀ ਆਤੀ ਹੈ ਤੋ ਪੂਛੇ ਜਾਤੀ ਹੈ ਕਿ ਘਰ ਕਬ ਆਓਗੇ, ਕਿ ਘਰ ਕਬ ਆਓਗੇ, ਲਿਖੋ ਕਬ ਆਓਗੇ ਕਿ ਤੁਮ ਬਿਨ ਯੇ ਘਰ ਸੋਨਾ ਸੋਨਾ ਹੈ। ਮੈਂ ਗਿਆ ਜਹਾਂ ਭੀ ਬਸ ਤੇਰੀ ਯਾਦ ਥੀ, ਜੋ ਮੇਰੇ ਸਾਥ ਥੀ ਮੁਝਕੋ ਤੜਪਾਤੀ ਰੁਲਾਤੀ। अब तो हमें आगे बढ़ते है रहना, अब तो हमें साथी है बस इतना ही कहना। ding 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 ding